जसविंदर बराड़ बनी फिर मुंडिया हाँ बापे इतने की बैंगल फड़दा मेरा सालकना मिर्जा बनया पे पट ते सिर रखी की हो गया तेन हूं की है खेत जीरी आई पी है माड़ी मोटी गौर कर लो बट लो ले बब्बू अपने पापे रोटी दे के आ बे सुनदा नहीं की हो गया पापे रोटी दे के आ तू फड़ाया जाके तेनू खांदा पापा जा बग जा हो बैठे हैगा मैं दस किनू लई नहीं फड़ाऊंगा सनेहा उठ खड़िया कर 11 बजे उठ के मुंह धोण लगा आ दिंदा केड़ा अंदर नाल दे कदों दे कम्मा कारां ते वग है भाई ऐ नहीं सर ना बिना कम कार तो हुण तो कुवारा नहीं हैगा ब्याया भरिया आ माड़ा मोटा कम नू हथ पा लिया कर दिंदा गेड़ा अंदर दिंदा गेड़ा अंदर लकड़े आपने पे उन रोटी फड़ा के आ मम्मी जी तुसी दियो मैं तो हां पजामा टी शर्ट पार खिया नाले पजामा टी शर्ट थोड़ा नीमा पा लिया कर मोरे ढिड नंगा हुंदा पिछे पेट नंगी हुंदी ओ मैनू बोलदा वे नो नु समझाउंदी नहीं मम्मी जी माड़ा मोटा तो फैशन नाल चलना ही पैंदा हुण ए फैशन करदी है पटियाला नहीं पिंड है इत्ते ओट है जाना बैठा रस के सौरा ना हो गया किते हिटलर बना रख्या ਇੰਨਾ ਤਾਂ ਲੋਕ ਹਿਟਲਰ ਤੋਂ ਨਹੀਂ ਡਰਦੇ ਸੀ ਡਰਦੀ ਨਹੀਂ ਆਲੇ ਖਾ ਲੈ ਰੋਟੀ ਧਰ ਦੇ ਇੱਥੇ ਕੀ ਸੀ ਉੱਜੜਿਆ ਸੀ ਤਾਂ ਵਧੀਆ ਸੀ ਹੁਣ ਸੁਣ ਨਸਰਾਂ ਸੀ ਗਈ ਕੀ ਫੇਰੇ ਲੈਣ ਨੂੰ ਸੀ ਫਿਰ ਮਨਾਉਣ ਵਾਸਤੇ ਮੈਂ ਨਹੀਂ ਸੀ ਜਾਂਦੀ ਮਾੜੀ ਜੜਾ ਲਿਆ ਤਾਂ ਮੁੰਡੇ ਨੇ ਪੈਂਡਾ ਨਹੀਂ ਛੱਡਿਆ ਵੇ ਭਾਪੇ ਨੂੰ ਲੈਣ ਜਾਣਾ ਭਾਪੇ ਨੂੰ ਲੈਣ ਜਾਣਾ ਲੈਣ ਜਾਣਾ ਮੇਰੀਆਂ ਬਾਹਾਂ ਕੜੀਆਂ ਸੀ ਤੇਲ ਲੈ ਨਹੀਂ ਕਿਤੇ ਇੱਥੇ ਮਾੜੀ ਜੀ ਦਹੀਂ ਤਾਂ ਪਾ ਲਿਆਂਦੀ ਮਲਾਈ ਨਾ ਪਾਦਾ ਤੈਨੂੰ ਕਿਤੇ ਚੋਦੀ ਕਿੱਥੋਂ ਪਾਪ ਲੱਗੀ ਆ ਇਹ ਆ ਮੈਂ ਇਹਦੇ ਸਿੰਗਤ ਕੀੜੇ ਪੈਰੇ ਨੇ ਤੇਲ ਤੂਲ ਪਾਉਣ ਦੀ ਮਾੜਾ ਮੋਟਰੇ ਸਿੰਗ ਚ ਕਰੀ ਜਾ ਆਪੇ ਜੋ ਕਰਨਾ ਤੂੰ ਪਸ਼ੂ ਦੀ ਜਾ ਜਾਂਦੀ ਕਰਖੀ ਹੈ ਨਮਾਏ ਤਮਾਏ ਨੇ ਪਸ਼ੂ ਨਾ ਅੰਦਰ ਤੂੜੀ ਡੋਕਾ ਦੇਖਣਾ ਜਿੱਥੇ ਚਾਉਂਦਾ ਚਿਉਂ ਗਿਆ ਜਿਵੇਂ ਭੈਣ ਦੇ ਵਕੀ ਅਗਰੀ ਲਾਇਆ ਹੁੰਦਾ ਫੈਸਣ ਦੇ ਪੱਤੇ ਹੋਏ ਮਾੜਾ ਮੋਟਾ ਕੰਜਰ ਦੇ ਡੰਗਰ ਪਸ਼ੂ ਕਣੀ ਦੇਖ ਲਓ ਪਤਾ ਨਹੀਂ ਕੀ ਬਣੂਗਾ ਮੁੰਡੇ ਜੇ ਦਾ ਲੈ ਵੀ ਮਨਾ ਜੀਰੀ ਆਈ ਪਈ ਹੈ ਕਪੈਨ ਕਪੂਨ ਵਾਲੇ ਦਾ ਕਰਾਂ ਹੱਲ ਇਹਨਾਂ ਨਹੀਂ ਦੇ ਮੇਰੇ ਸਾਲਕ ਨੇ ਕੁਛ ਕਰਨਾ ਹੈਗਾ ਜਾਣਾ ਕਿੱਥੋਂ ਮੱਥੇ ਲੱਗੂ ਮੇਰੇ ਸਲ ਦੀ ਕੜਮੀ ਇਹ ਕਿਵੇਂ ਆ ਭਾਈ ਜੱਸੀਆ ਤਾਇਆ ਤੂੰ ਕਿਵੇਂ ਤੂੰ ਇੱਧਰ ਚਾਦਰਾ ਪੜਵਾਉਂਦਾ ਫਿਰਦਾ ਜੀਰੀ 'ਚ ਕੀ ਕਰਾਂ ਹੁਣ ਭੈਣ ਦਾ ਜਦੋਂ ਜਵਾਕ ਨਿਕੰਮੇ ਨਿਕਲ ਗਏ ਪੜਵਾਉਣੀਆਂ ਚਾਦਰਾ ਤਾਂ ਨਾ ਬੱਬੂ ਹਰੀ ਉਹਦਾ ਮੇਰਾ ਸਾਲਕੜਾ ਸਾਰਾ ਉਹਦੇ ਤੀਮੀ ਕੋਈ ਨਹੀਂ ਹਿਲਦਾ ਹੈਗਾ ਚਿੱਚੜੀ ਵਾਂਗੂ ਚੰਬੜਾ ਰਹਿੰਦਾ ਉਹਨੂੰ ਨਹੀਂ ਫੋਨ ਤਾਂ ਕਰ ਸਕਦਾ ਉਹ ਫੋਨ ਹੁਣ ਤੈਨੂੰ ਕੀਤਾ ਮੇਰੇ ਕੋਲੇ ਕਿੱਥੇ ਆ ਭਾਈ ਫੋਨ ਅਨਪੜ੍ਹ ਬੰਦੇ ਕੋਲੇ ਨਾ ਮੈਨੂੰ ਫੋਨ ਮਿਲਾ ਕੇ ਦੇਣ ਉਹ ਲਾਉਂਦੇ ਨਹੀਂ ਨੰਬਰ ਨੁੰਬਰ ਜਵਾਕ ਜੇ ਇੱਥੇ ਮੇਰੇ ਨਾ ਬਹੂ ਨੂੰ ਕਹਦੇ ਘਰ ਤੋਂ ਉਹ ਵੀ ਨਹੀਂ ਲਾਉਂਦੇ ਮੇਰੇ ਸਾਲਕਣੇ ਸਾਰੇ ਇਹੋ ਜਿਹੇ ਨੇ ਮੈਂ ਤਾਂ ਭਾਈ ਤੈਨੂੰ ਐਂ ਪੁੱਛਣਾ ਦੀ ਕੱਲ ਨੂੰ ਵੜਦੇ ਫਿਰ ਆਪਣੇ ਲਈ ਕੱਲ ਨੂੰ ਤਾਂ ਆਇਆ ਤੈਨੂੰ ਕੱਲ ਦਾ ਦਿਨ ਤਾਂ ਖੜਨਾ ਪਊ ਮੌਸਮ ਖਰਾਬ ਹੈ ਦੇਖ ਹਰੇਕ ਕੰਮ ਉੱਤੋਂ ਦੀ ਹੈ ਪਰਸੋਂ ਨੂੰ ਵੱਢ ਲਈ ਪਰਸੋਂ ਨੂੰ ਤੇਰੇ 10 ਵਜੇ ਲਾ ਦੂੰ ਪਰਸੋਂ ਨੂੰ ਕਾਹਨੂੰ ਮੱਲ ਬਣ ਕੇ ਕੱਲ ਨੂੰ ਵੜਦੇ ਆਪਣੇ ਤਾਂ ਚਾਰ ਕ ਕਿਲੇ ਨੇ ਚਾਰ ਕ ਫੇਰ ਵੜਦੀ ਫਿਰ ਆਪਣੇ ਭੋਲੇ ਕਾਹਨੂੰ ਰੋਕਣਾ ਪਊਗਾ ਰੋਕ ਲਾ ਉਹ ਤਾਂ ਹਲੇ ਉਹ ਤਾਂ ਤਕੜੇ ਬੰਦੇ ਨੇ ਭਾਈ ਚੱਲ ਮੈਂ ਉਹਨਾਂ ਨਾਲ ਗੱਲ ਕਰਕੇ ਤੈਨੂੰ ਤਾਇਆ ਦੱਸ ਦੂੰਗਾ ਹੈ ਗੱਲ ਕਰਕੇ ਆਏ ਪੱਕੀ ਹਾਂ ਤਾਂ ਨਹੀਂ ਮੈਂ ਹੁਣ ਕਰ ਸਕਦਾ ਉਹ ਫਿਰ ਲੜਨਗੇ ਉਹ ਵੀ ਪਰਿਵਾਰ ਵੱਡੇ ਲਾਣੇ ਕੇ ਵੱਢਣੀ ਆ ਭੋਲੇ ਕੇ ਹੋਰ ਤੇ ਮੈਂ ਤੇਰਾ ਕੰਮ ਕਰ ਦੂੰਗਾ ਪਾ ਕੱਲ ਨੂੰ ਜੇ ਉਹ ਮੰਨ ਕੇ ਕੱਲ ਨੂੰ ਤੇਰੇ 10 ਵਜੇ ਲਾ ਦੂੰਗਾ ਮਸ਼ੀਨਾ ਜ਼ਿਆਦਾ ਪੱਕੀ ਹਾਂ ਕਰ ਫਿਰ ਮੈਂ ਰੋਟੀ ਟੁੱਕ ਲਾ ਕਹਾ ਕੇ ਰੱਖ ਚਲੋ ਤਾਂ ਆਪਣੇ ਪਰਿਵਾਰ ਦੇ ਨੇ ਮੈਂ ਰੋਕ ਦੂੰਗਾ ਉਹਨਾਂ ਨੂੰ ਲਾ ਦੇਂਗਾ ਹਾਂ ਕੱਲ ਨੂੰ ਲਾ ਤੇਰੇ ਕਰਕੇ ਲਾ ਦੂੰਗਾ ਉਹ ਨਾ ਕਰਕੇ ਤਾਂ ਨਹੀਂ ਜਵਾਕਾਂ ਜਾਂ ਕਰਕੇ ਲਾਉਂਦਾ ਤੇਰੇ ਮੂੰਹ ਨੂੰ ਮਸ਼ੀਨ ਕੱਲ ਨੂੰ ਮਿਲ ਜੂ ਤੈਨੂੰ ਉਹਨੂੰ ਤਾਂ ਮੇਰੇ ਸਾਲਕਰੇ ਨੂੰ ਕੋਈ ਭੈਣ ਦੇ ਨੂੰ ਦੁਕਾਨ ਤੋਂ ਸੌਦਾ ਨਹੀਂ ਦਿੰਦਾ ਗੁੜ ਨਹੀਂ ਦਿੰਦਾ ਕਿ ਲੋਣ ਉਹਨਾਂ ਦੇ ਮੂੰਹ ਨੂੰ ਤਾਂ ਨਹੀਂ ਮੈਂ ਚੱਲ ਤੇਰੇ ਕਰਕੇ ਭੋਲੇ ਨੂੰ ਰੋਕ ਦੂੰਗਾ ਉਹਨੂੰ ਚੱਲ ਭਾਈ ਵੀ ਜਾਉਂਦਾ ਰਹਿ ਬੜੀਆ ਹਾਂ ਨਾ ਵੜਦਾਂਗੇ ਕੋਈ ਨਾ ਮਸ਼ੀਨ ਤਾਂ ਬੜੀਆ ਦਾਣੇ ਦੂਣੇ ਤਾਂ ਨਹੀਂ ਮਾਰਦੀ ਨਾ 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 ਕੰਪਨੀ ਦੀ ਮਸ਼ੀਨ ਆ 22 ਲੱਖ ਦੀ ਮਸ਼ੀਨ ਆ ਤਾਇਆ ਭਲਾ ਦਾਣੇ ਮਾਰੂਗੀ ਅੱਛਾ ਚੱਲ ਭਾਈ ਵਧੀਆ ਤੈਨੂੰ ਪਤਾ ਭਾਈ ਔਖਾ ਹੈ ਮੈਂ ਤਾਂ ਨਾ ਨਾ ਤੂੰ ਟੈਨਸ਼ਨ ਲੈ ਤੈ ਤਾਂ ਅੱਗੇ ਤੂੰ ਮੈਨੂੰ ਫੋਨ ਕਰ ਦੇਣਾ ਕਿਸੇ ਦੇ ਹੋਰ ਨੰਬਰ ਤੋਂ ਲੈ ਕੇ ਡੈਰੀ 'ਚ ਨੰਬਰ ਲਿਖ ਕੇ ਰੱਖਿਆ ਕਰ ਐਣੀ ਤੇ ਭਾਈ
ਲੈ ਕੱਪੜੇ ਕੁਪੜੇ ਚੱਜ ਦੇ ਸਮਾ ਕੇ ਪਾ ਲਿਆ ਕਰ ਕੀ ਤੇਰਾ ਉਹਨਾਂ ਨੇ ਜਲੂਸ ਕੱਢ ਰਿਹਾ ਚੱਲ ਕੋਈ ਨਾ ਹੈ ਤੜਕੇ ਫਿਰ ਵੱਢੇਗਾ ਹਾਂ ਹਾਂ ਵੱਢਾਂਗੇ ਕੋਈ ਨਾ ਲਿਖਾ ਜਾ ਵੱਢਦੇ ਬਰੋ 6-7 ਕਿੱਲਿਆਂ ਦਾ ਮਾਲਕ ਹੈ ਤੂੰ ਐਂ ਫਿਰਦਾ ਮੈਨੂੰ ਵੀ ਉਹ ਆਇਆ ਦੇਖ ਕੇ ਤੈਨੂੰ ਚੱਲ ਕੋਈ ਨਾ ਕਰਮ ਨੇ ਭਈ ਚੱਲ ਕੋਈ ਗੱਲ ਨਹੀਂ ਕੋਈ ਨਾ ਆਪਾਂ ਤੇਰੇ ਕਰਕੇ ਵੱਢੂਗਾ ਮੈਂ ਮੈਨੂੰ ਐਂ ਦੱਸ ਲਿਖਾ ਵੜਾ ਦੇ ਫਿਰ ਮੈਂ ਮੈਂ ਕਰਾ ਦੇ ਲਿਖੇ ਲੂਹੇ ਕਰਾ ਦੇ ਮੌਸਮ ਖਰਾਬ ਆਪਾਂ ਵੱਢ ਦਾਂਗੇ ਕੱਲ ਨੂੰ ਕੋਈ ਨਾ ਚੱਲ ਟਰਾਲੀ ਟਰੂਲੀ ਮੈਂ ਪੁੱਛ ਲਵਾਂ ਪੁੱਛ ਲਾ ਹੈ ਉਹ ਟਰਾਲੀ ਨਾਲ ਸਰਜੂ ਹੁਣ ਹਾਂ ਹਾਂ ਉਹ ਮੌਕੇ ਤੇ ਕਰ ਦਾਂਗੇ ਆਪਾਂ ਫੋਨ ਟਰਾਲੀ ਨੂੰ ਨੰਬਰ ਹੈਗੇ ਨੇ ਮੇਰੇ ਲਵੇ ਤੂੰ ਕਿੱਥੇ ਨਹੀਂ ਹਾਂ ਹਾਂ ਚੱਲ ਜਿਉਂਦਾ ਰਹਿ ਭਾਈ ਠੀਕ ਹੈ ਤਾਂ ਚੰਗਾ ਭਾਈ ਇਹ ਕਿਹੜੀ ਮਸ਼ੀਨ ਹੈ ਓਏ ਇਹ ਆਪਣੇ ਮੱਖਣ ਦੀ ਛੱਲ ਦੀ ਆਪਣੇ ਵਾਲਿਆਂ ਦੀ ਉਹਨਾਂ ਨੇ ਧੋਰ ਲਈ ਇੱਕ ਹਾਂ ਹਾਂ ਦੋ ਨੇ ਦੋ ਤਾਇਆ ਤਕੜਾ ਕੰਮ ਹੈ ਹਣਾ ਭਾਈ ਹਾਂ ਹਾਂ ਵਧੀਆ ਫਿਰ ਕੰਮ ਤੈਨੂੰ ਪਤਾ ਹੋਣਾ ਹਾਂ ਭਾਈ ਸੀਜ਼ਨ ਛੋਟੇ ਹੋ ਗਏ ਆਹੋ ਆਹੋ ਵਧੀਆ ਗੱਲ ਹੈ ਹੋਰ ਕੋਈ ਗੱਲ ਨਹੀਂ ਸਾਲਕਣੇ ਦੇ ਸਾਰਾ ਦਿਨ ਕੁੰਡਾ ਲਾਈ ਰੱਖਣਗੇ ਇਹ ਕ੍ਰੀਜੇ ਦਾ ਫਾਟਕ ਹੁੰਦਾ ਕੋਟ ਕਪੂਰੇ ਵਾਲਾ ਭਾਈ ਮਨਾ ਮਸ਼ੀਨ ਤਾਂ ਮਿਲ ਗਈ ਲਿਖਾ ਲੁਹਾ ਜਿਹਾ ਕਰਾਂ ਜਾ ਕੇ ਦੇ ਕਰਦੇ ਹਾਂ ਲਿਖਿਆ ਖੇਤ ਜਾ ਕੇ ਨਾਲੇ ਬਾਲਿਆਂ ਥੱਲੋਂ ਕੱਢਦੇ ਹਾਂ ਥੋੜ੍ਹੀ ਜਿਹੀ ਜੀਰੀ ਜਾ ਕੇ ਅੱਜ ਜਵਾਕ ਜੀ ਨੂੰ ਲੈ ਜਾ ਖੇਤ ਘਰੇ ਵੀ ਮੇਰਾ ਸਾਲਾ ਮੰਜੇ ਤੋੜੀ ਜਾਂਦਾ ਪਿਆ ਇੱਥੇ ਸਾਰਾ ਦਿਨ ਮੋਬਾਈਲ ਤੇ ਲੱਗੀ ਰਹਿੰਦੀ ਹੈ ਜਿਵੇਂ ਨਵੀਂ ਜਵਾਕੜੀ ਹੁੰਦੀ ਹੈ ਕੁੜੀ ਦਾ ਫੋਨ ਆਇਆ ਹੋਇਆ ਸੀ ਉਹ ਸੁਣਦੀ ਸੀ ਸਾਰਾ ਦਿਨ ਕੁੜੀ ਦਾ ਫੋਨ ਆਉਂਦਾ ਜਦੋਂ ਦੇਖੇ ਹੱਥ ਚੱਕੀ ਬੈਠੀ ਰਹਿਣੀ ਹੈ ਹੈ ਜਿਵੇਂ ਨਵੀਂ ਵਿਆਹੀ ਹੁੰਦੀ ਹੈ ਉਹ ਮਾੜਾ ਮੋਟਾ ਜਵਾਕ ਜੀ ਨੂੰ ਕਹਿੰਦੇ ਕੰਮ ਧੰਦਾ ਕਰਾ ਦੇ ਗੁਰੂ ਮੇਰੇ ਨਾਲ ਕਿਵੇਂ ਸਿਰ ਚੜਾਇਆ ਤਾ ਉਹ ਜੇ ਮੈਂ ਆਪਾਂ ਦਾ ਜਵਾਕ ਸਿਰ ਚੜਾਇਆ ਤੇਰੀ ਮਾਂ ਨੇ ਤੈਨੂੰ ਸਿਰ ਚੜਾਇਆ ਹੋਊ ਤੂੰ ਕਿ ਡੀਸੀ ਲੱਗ ਗਿਆ ਤੂੰ ਵੀ ਖੇਤਾਂ 'ਚ ਧੱਕੇ ਖਾਂਦਾ ਫਿਰਦਾ ਤੂੰ ਕਰੇਂਗੀ ਮੇਰੀ ਮਾਂ ਦੀ ਰੀਸ ਹੈ ਸਾਨੂੰ ਇਹ ਬੈਠ ਕੇ ਨਾਲੇ ਤਾਂ ਦੁੱਧ ਚਗਾਈ ਜਾਂਦੀ ਸੀ ਨਾਲੇ ਕੰਮ ਕਰੀ ਜਾਂਦੀ ਸੀ ਸਾਰੇ ਐਂ ਪਾਲਦੇ ਨੇ ਆਪਣੇ ਆਪਣੇ ਜਵਾਕ ਪਾਲਦੇ ਨੇ ਨਾਲੇ ਹੋਰ ਤੇਰੀ ਮਾਂ ਨੇ ਤੈਨੂੰ ਖੇੜਾ ਨਾਲੇ ਪਾਲਿਆ ਨੁੱਖਾ ਪਾਲਤਾ ਤੇਰੀ ਮਾਂ ਨੇ ਲੱਗੀ ਕਰ ਮੇਰੇ ਗੋਡੇ ਦੁਖਦੇ ਨੇ ਮੇਰੇ ਧਮਕੇ ਦੁਖਦੇ ਨੇ ਇੱਥੇ ਕੀ ਬੈਂਗਲ ਫੜਦਾ ਹੈ ਮੇਰਾ ਸਾਲਕਣਾ ਮਿਰਜ਼ਾ ਬਣਿਆ ਪਿਆ ਪੱਟ ਤੇ ਸਿਰ ਰੱਖੀ ਕੀ ਹੋ ਗਿਆ ਤੈਨੂੰ ਹੁਣ ਕੀ ਹੈ ਉਹ ਖੇਤ ਜੀਰੀ ਆਈ ਪਈ ਆ ਮਾੜੀ ਮੋਟੀ ਗੌਰ ਕਰ ਲਓ ਤੇ ਵੱਟ ਲਓ ਉਹਨੂੰ ਹਜੇ ਕਿੱਥੇ ਆ ਗਈ ਯਾਰ ਜੀਰੀ ਹਰਦਾਂ ਨਹੀਂ ਆ ਗਈ ਤੜਕੇ ਦਾ ਕਪੈਨ ਆਉਗੀ ਪੁੱਛ ਕੇ ਆ ਮੈਂ ਹੁਣ ਆਉਗੀ ਕਪੈਨਾ ਫਿਰ ਲਿਖਾ ਲੁਹਾ ਵੜਦਾ ਹੀ ਤੜਕੇ ਉੱਠ ਕੇ ਕੋਈ ਨਾ ਵੜਦਾਂਗੇ 10 ਵਜੇ ਤਾਂ ਉੱਠਦਾ ਤੂੰ ਨਾਲੇ ਮਾੜਾ ਮੋਟਾ ਖੰਗੂਰਾ ਖੰਗਾਰਾ ਮਾਰ ਕੇ ਆਇਆ ਕਰ ਅੰਦਰ ਹੀ ਵੜ ਜਾਂਦਾ ਖੰਗੂਰਾ ਭਾਈ ਤੜਕੇ ਅਥਰੇ ਹੁੰਦਾ ਦੁਪਹਿਰੇ ਨਹੀਂ ਹੁੰਦਾ ਹੈਗਾ ਲੈ 24 ਘੰਟੇ ਅੰਦਰ ਬਣਾ ਰਹਿਣਾ ਮਾਰੀ ਚੱਲ ਖੰਗੂਰੇ ਸਾਰਾ ਦਿਨ ਉਹੀ ਭਾਈ ਸਾਰਾ ਦਿਨ ਸੂਈ ਕੁੱਤੀ ਵਾਂਗੂ ਕਰ ਲਾਂਗੇ ਦੱਸ ਕੀ ਹੁੰਦਾ ਮੈਂ ਮੇਰੇ ਸਾਲਕਣੇ ਦੇ ਕਹੀ ਮਰੂ ਸੱਚ ਸਾਰਾ ਦਿਨ ਹੜਦੇ ਨਹੀਂ ਅੰਦਰੋਂ ਹੜਦੇ ਨਹੀਂ ਵਿਆਹ ਤਾਂ ਸਾਡੇ ਵੀ ਹੋਏ ਤੇ ਭਾਈ ਆਹ ਤੁਹਾਡੇ ਲੱਛਣ ਨਹੀਂ ਦੇਖੇਗੇ ਉਹ ਮੇਰੇ ਸਾਲਕਣੇ ਨੇ ਲਹੂ ਪੀਤੇ ਨੇ ਇਹਦੀ ਕਰਨੀ ਦਾ ਮਾਲਕ ਹੈ ਤਹੀ ਦਾ ਮੇਰਾ ਵਿਹਲਾ ਫਿਰਦਾ ਉਹ ਭਾਈ ਕੁੜੀਏ ਤੂੰ ਆਪਦੇ ਪੇਕੇ ਪੁੱਕੇ ਵਗਿਆ 10 ਕੁ ਦਿਨ ਅਸੀਂ ਦਾਣਾ ਫੱਕਾ ਸਾਂਭਲਾਂਗੇ ਆਪਦਾ ਇਹਦਾ ਸਾਰਾ ਦਿਨ ਮੇਰਾ ਸਾਲਕਣਾ ਤੈਨੂੰ ਚਿੱਚੜੀ ਵਾਂਗੂ ਚਿੰਬੜ ਰਹਿੰਦਾ ਹੈ ਜਿਹਦਾ ਕੰਮ ਧੰਦਾ ਨੰਬਰ ਕਦੋਂ ਲੈ ਆਵਾਂਗੇ ਤੈਨੂੰ ਮਾੜੇ ਮੋਟੇ ਭਾਈ ਆਪ ਵੀ ਸ਼ਰਮ ਕਰ ਲਿਆ ਕਰੋ ਕਹਿੰਦੇ ਕਰੋ ਵੀ ਖੇਤ ਕੰਮ ਧੰਦਾ ਕਰਾ ਲੈ ਨਾ ਪਸ਼ੂ ਸਾਹਮਣੇ ਨਾ ਖੇਤ ਦਾ ਦੇਖਣਾ ਬਸ ਬੜਾ ਗੇੜਾ ਅੰਦਰ ਦਿੱਤਾ ਗੇੜਾ ਅੰਦਰ ਸ਼ਰਮੇ ਤਾਰ ਰੱਖਿਆ ਮੇਰੇ ਸਾਲਕਣੇ ਨੇ ਮੇਰਾ ਸਾਲਿਆ ਕਲਾਨਾ ਕਿਉਂ ਸਰਕਾਰੀ ਖਾਲ ਵੱਢੀ ਜਾਂਦਾ ਕੀ ਹੋ ਗਿਆ ਬਾਪੇ ਉਹ ਸਰਕਾਰੀ ਖਾਲ ਹੈ ਤੇਰਾ ਬਾਪ ਇਹ ਇੱਥੋਂ ਦੀ ਵੜ ਜੂ ਕਪੈਣਾ ਟੱਟੋ ਵੜ ਜੂ ਕਪੈਣਾ ਇੱਥੋਂ ਦੀ ਉਹ ਲੀਹਾ ਉੱਧਰ ਦੇ ਵੱਢਾ ਦਾ ਪਿਆ ਫਿਰ ਪਹਿਲਾਂ ਦੱਸ ਦਿੰਦਾ ਯਾਰ ਤਾਂ ਕਦੇ ਖੇਤ ਬਣੇ ਦਾ ਪਤਾ ਲੱਗੇ ਵੀ ਕਿੱਥੋਂ ਦੀ ਲੀਹਾ ਕਿੱਥੋਂ ਦੀ ਕੀ ਹੈ ਜਦੋਂ ਦੱਸ ਦਿਆ ਕਰ ਪਹਿਲਾਂ ਜਦੋਂ ਕਰਤਾ ਕੁਛ ਫਿਰ ਬੋਲ ਪੈਂਦਾ ਐਂ ਕਰਤਾ ਲਵੇ ਖੜ ਕੇ ਕਰਾ ਲਿਆ ਕਰ ਆ ਚੱਕ ਲਾ ਦੀ ਮਿੱਟੀ ਪਤਾ ਦੁਬਾਰੇ ਜੀਰੀ ਦਾ ਦਾਣਾ ਤਾਂ ਵਧੀਆ ਪਿਆ ਕੀ ਹੈ ਜੀਰੀ ਦਾ ਦਾਣਾ ਤਾਂ ਮੋਟਾ ਮੋਟਾ ਵਧੀਆ ਪਿਆ ਕੀ
पापे हाँ मैनु मोबाइल दबा देगा यार दबा दूंगा पांच किसान दा कोई ना जीरी बेच दिए पांच पांच सौ वाला नहीं और किन्ने दा एक होर चलेगा चौदह प्रो कड़ा प्रो चौदह प्रो चलेगा एक पचहत्तर का हजार दा फोन आ क्यों चितला दे लेंगे पचहत्तर हजार नू मेरा साल कड़ा माड़ा मोटा कोई होर काम धंधा कर लै मैं इस लै कोई जिन्हें दुध दे दूगी तू तो ओही गल ने दी तू गोहे चो ना निकलिया करी बथेरा बढ़जूगा है दो मैसा ले छी छी लीटर दुध दे टाइम का है पंजा रुपये लीटर दुध विकद एक टाइम का पांच सौ दुध हो एक मैस का है हजार रुपया का दो मैसा का महीने का तीह हजार बन गया है मेरे साल कने का घरे बैठे बैठाया तू मास्टर है मास्टर जिनी तनखाह पाया करेगा मारद गला मोबाइल दस की चितना चल मेगा बड़ा बड़ा मोबाइल का गल तो सुनता हूं जीरी आ रही है बोल्ट ले लें ले लो भाई जो थोड़े से गंजायश है ना जीरी वड के दबा दी जीरी नहीं हूं अपनी बिकू ओ मेरा साल कहना दंदा नहीं मारते होंगे जीरी से है भी चौदह अन्न भगत पहला मंडी चा ले चलिए अग ला दो सारा मां पोते ना कहीं देखी जाते भी आह बिकूगी फिर आ लवेंगे भैन की पता नहीं हिक तो धरके ले जाएंगे इन्ना कुछ फिर क्यों होंगे जो दबा देगा बोल्टा पहला भैन तेरी मां ने चाली हजार पहला लवाता चाली कहीं सुख के परौने पाने छाप पानी है बड़ा मरे तो मैं कहा सुखों के परौने छाप पाने तो तुम कहा फौजी लगे होंगे ने तनखा होंगी जमे घरे सड़िया की पढ़ ला मेरा सड़िया पहला कुड़ी चौदह सत्तर अस्सी हजार मेरा उसे लवाता कालज इंजीनियरिंग करदा मैं टट्टू करदा इंजीनियरिंग चो तो इंजन बन्ने नहीं कहता दो बीला इंजीनियर ही तू जाए करियो मेरी गोडे की गोली लेके फड़के डॉक्टर तो अंदर ना बाढ़ होने जाके खा प्यों दे सन्नी सुन्नी करनी है मैं सानू प्यों दे ना मोबाइल चार्ज दे लाके होना अंदर दूध दे यहाँ बाल यार मर जाएगा वो इतना प्यार है ना खान निकला खेत लड़ी गया बोली यार ना मुंडे नो बोली यार ना मेरे सारा काम मेरे डक्के दो नहीं कर देगा लाइ दे बोलते नू पानी दानी पीना तले आदमा ले आ दे ਤੌੜੇ ਜਿਹਾ ਲਈ ਤੇ ਫਰਜ ਜਿਹਾ ਲਿਆ ਦੇ ਜੀ ਮੁੱਕੀ ਪਈ ਹੈਗੀ ਮੇਰਾ ਸਾਲ ਕਿਹੜਾ ਬੜਿਆ ਦਾ ਉਹਦੇ ਕਮਰੇ 'ਚ ਹੈ ਇੱਧਰ ਬੋਰੀ ਲੈ ਕੇ ਰਾਤ ਧਰੀ ਜਾਵੇਂ ਅੱਛਾ ਪੀਸੀ ਹੋਈ ਆ ਕਿ ਦੂਜੀ ਆ ਪਾਪੜੀ ਵਾਲੀ ਉਹਦਾ ਬਣਿਆ ਪਾਪੜੀ ਦੇ ਨਾਲੇ ਹੋਰ ਆ पानी पहला फसल बाड़ी
ਬਸ ਵਧੀਆ ਭਾਈ ਧੂਪ ਨਹੀਂ ਕਰੀ ਜਾਂਦਾ ਜਿੰਨਾ ਕਿ ਮੈਂ ਤੋ ਹੁੰਦਾ ਮੇਰੇ ਨੈਣ ਪ੍ਰਾਣ ਚੱਲਦੇ ਨੇ ਉਹਨਾਂ ਨਾਲ ਮੈਂ ਕਰੀ ਜਾਂਦਾ ਬੰਡਲੀ ਜੀ ਰੀ ਕਿ ਨਹੀਂ ਫਿਰ ਹਲੋ ਬੱਟਾ ਕੇ ਪੁੱਤਾ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਮੀ ਸਤਿ ਸ਼੍ਰੀ ਅਕਾਲ ਹਾਨੂੰ ਹੋਰ ਕੀ ਹਾਲ ਹੈ ਵਧੀਆ ਵਧੀਆ ਮਾਮੀ ਤੁਸੀਂ ਦੱਸੋ ਬਸ ਵਧੀਆ ਹੋਰ ਤੁਸੀਂ ਬੰਡਲੀ ਜੀ ਰੀ ਮੈਂ ਤਾਂ ਨਾਨੇ ਘੱਟੇ ਗੌਰ ਕਰਦਾ ਖੇਤ ਖੂਤ ਕਣੀ ਪ੍ਰੀਤ ਚਾਹ ਦਾ ਘੱਟ ਰੱਖ ਲੱਗ ਰਿਹਾ ਤੇ ਲਈ ਮੈਂ ਲੱਗਿਆ ਹੋਇਆ ਮੈਂ ਤਾਂ ਤੜਕੀ ਵਗ ਜਾਣਾ ਸਾਰਾ ਦਿਨ ਮਰ ਕੇ ਇੱਧਰੇ ਲੱਗ ਜਾਂਦਾ ਅੱਛਾ ਤੇਰਾ ਪਾਪਾ ਠੀਕ ਰਹਦਾ ਵਧੀਆ ਜਮਾ ਵਧੀਆ ਕੀਤੀ ਬੜੀ ਲੋਈ ਸਾਹਿਬ ਦਾ ਟਾਈਪ ਫਿਰ ਠੀਕ ਹਾਂ ਠੀਕ ਆ ਜਾਂਦੀ ਤੂੰ ਭਰਾਵਾ ਨਾਨੇ ਨੂੰ ਛੱਡ ਮੇਰੇ ਨਾਲ ਪੁੱਤ ਗੱਲਾਂ ਕਰ ਮੈਂ ਤਾਂ ਤੈਨੂੰ ਦੇਖਿਆ ਹੀ ਬਹੁਤ ਟਾਈਮ ਬਾਅਦ ਆ ਨਹੀਂ ਕਰੋ ਲੱਡੂ ਪੁੱਤ ਨਹੀਂ ਨਿੱਕਾ ਜਿਹਾ ਸੀ ਕਿਤੇ ਪੈਰਾਂ ਤੇ ਪਸਾਬ ਕਰਾਉਣਾ ਬੈਠ ਬੈਠ ਮਾਂ ਇਹਦੀ ਨੇ ਸਾਈਡ ਤੇ ਪਈ ਹੋਣਾ ਤੇ ਮੈਨੂੰ ਭੇਦ ਆਣਾ ਘੱਟੀ ਵਿਸ਼ਾਵ ਨਾਲ ਨਹੀਂ ਮੈਨੂੰ ਤਾਂ ਉਹੀ ਲੱਗਦਾ ਮੇਰਾ ਦੋਤਾ ਨਹੀਂ ਮੇਰਾ ਲਾਡਾ ਜਿਹਾ ਬਹੁਤ ਜਿਵੇਂ ਰਹਿ ਕੇ ਜਾ ਦੱਸ ਦੇ ਸੁਖਰਾ ਜਵਾਰ ਹੋ ਗਿਆ ਹਨਾ ਉਹ ਤੂੰ ਆਈ ਹੋ ਗਈ ਤੇਰੀ ਪੂਰੀ ਪੁੱਤ ਹੋਈ ਪੜਾਈ ਦਾ ਹੋ ਗਈ ਤੀ ਨਾਨੇ ਮੇਰੀ ਪੂਰੀ ਚੱਲ ਵਧੀਆ ਵਧੀਆ ਮੈਂ ਤੈਨੂੰ ਇਹਨੂੰ ਹਰਪਾਲ ਚੀਮੇ ਨੂੰ ਕਹਿ ਕੇ ਮੈਂ ਪੁਲਿਸ ਪੜਚ ਭਰਤੀ ਕਰਾ ਦੂੰਗਾ ਹੁਣ ਮੂਰੇ ਲਿਖ ਲਈਆਂ ਭਰਤੀਆਂ ਜੀਆਂ ਲੈ ਪੁਲਿਸ ਚ ਕੀ ਰੱਖਿਆ ਨਾਨੇ ਹਾਂ 30,000 ਤਨਖਾਹ ਦਿੰਦੇ ਨੇ ਸਾਰਾ ਦੁਪਹਿਰਾ ਕਿਸੇ ਮੋੜ ਤੇ ਧੁੱਪੇ ਮੱਚੀ ਚੱਲੋ ਕਿਹਾ ਥੋੜੀ ਆ ਓਏ ਤੜਕੀ ਤਿਆਰ ਹੋ ਕੇ ਗਿਆ ਅੱਥਨੇ ਤਿਆਰ ਹੋ ਕੇ ਘਰੇ ਆਇਆ ਆ ਮਹੀਨੇ ਬਾਅਦ ਮੁੜਕ ਦੇਣੇ 30,000 ਰੁਪਇਆ ਫੜ ਲਿਆ ਹੈਂ 1000 ਰੁਪਏ ਦੀ ਹੜੀ ਤੇਗੀ ਨਾਨੇ ਇਦੂ ਵੀ ਐਸ਼ ਦੀ ਨੌਕਰੀ ਕਰਦਾ ਰੁਪਇਆ 50,000 ਨਹੀਂ ਮੈਂ ਛੱਡਦਾ ਮਹੀਨੇ ਦਾ ਹੈਂ ਕਿਵੇਂ ਓਏ ਬੱਬੂ ਮਾਮੇ ਤਾਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਕੰਪਨੀ ਚ ਜਿਹੜੇ ਆ ਪੈਸੇ ਜੇ ਡਬਲ ਕਰਦੇ ਹੁੰਦੇ ਨੇ ਏ ਇਹ ਤਾਂ ਬਾਪੇ ਆਪਣੇ ਦੋ ਲੁੱਟ ਗਏ ਉਹ ਮੁੰਡੇ ਯਾਰ ਇਹ ਠੱਗੀ ਹੁੰਦੀ ਆ ਬਾਈ ਇਹ ਜਨਾ ਫਸੀ ਭਾਈ ਤੂੰ ਇਹ ਤਾਂ ਸਾਡੇ ਪਿੰਡ ਦੋ ਬੰਦੇ ਲੁੱਟ ਗਏ ਪਹਿਲਾਂ ਉਹ ਜਲੰਧਰ ਵਾਗੇ ਦੀ ਕਹਿੰਦੇ ਸੀ ਹੈਂਡਲ ਕਰਦੇ ਆ ਕੰਪਨੀ ਨੂੰ ਤਾਂ ਹੈਂਡਲ ਕਰਕੇ ਤੁਰਿਆ 50,000 ਉਹ ਕੰਪਨੀਆਂ ਹੋਰ ਵੀ ਹੁੰਦੀਆਂ ਉਹ ਨਹੀਂ ਹੈਗੀ ਮਾਮੇ ਇਹ ਹੋਰ ਕੰਪਨੀ ਕਰਾਉਣ ਕੰਪਨੀ 'ਚ ਲੱਗਿਆ ਹੋਇਆਗਾ ਸਭ ਤੋਂ ਵੱਡੀ ਕੰਪਨੀ ਆ ਤਾਂ ਨਵੀਂ ਕੰਪਨੀ ਆਈ ਹੈਗੀ ਹਜੇ 5 ਮਹੀਨੇ ਹੋਏ ਨੇ ਇਹਨੂੰ ਆਈ ਨੂੰ ਚਾਰ ਦਿਨਾਂ ਚ ਮੇਰਾ ਡਬਲ ਹੋ ਕੇ 20,000 ਹੋ ਕੇ ਆ ਗਿਆ ਚਾਰ ਦਿਨਾਂ ਚ ਮਾਮੀ ਹਾਂ ਇਹ ਭਾਈ ਪਹਿਲਾਂ ਲਾਲਚ ਦਿੰਦੇ ਨੇ ਕੰਪਨੀਆਂ ਦੇ ਫਿਰ ਕੰਪਨੀਆਂ ਭੱਜ ਜਾਂਦੀਆਂ ਹੁੰਦੀਆਂ ਨੇ ਕਾਣੂ ਨਾਨੇ 3 ਵਾਰੀ ਲਾ ਤੇ 3 ਵਾਰੀ ਮੇਰੇ ਸਹੀ ਪੈਸੇ ਡਬਲ ਹੋ ਕੇ ਆਏ ਨੇ ਅੱਛਾ ਬੇ ਬੱਬੂ ਸੁਣ ਲਾ ਮੁੰਡੇ ਦੀ ਗੱਲ ਨਾ ਇਹ ਕਿੱਥੋਂ ਕਿਵੇਂ ਸਟਾਰਟਿੰਗ ਹੈ ਇਹਦੀ ਕੰਪਨੀ ਦੀ ਕਿਵੇਂ ਬਣਦੀ ਹੈ ਇਹ ਤਾਂ ਦੇਖ ਬੱਬੂ ਮੰਮੇ ਤੈਨੂੰ ਕਿਸੇ ਬੰਦੇ ਥਰੂ ਸਟਾਰਟ ਕਰਨਾ ਪਊ ਮਤਲਬ ਤਾਂ ਤੈਨੂੰ ਸਮਝਾਉਣਾ 1 ਮਿੰਟ ਖੜਾ ਪਤਾ ਵੀ ਆ ਪਹਿਲਾਂ ਨਾ ਲੈ ਰਾਤ ਹੀ ਮੇਰੇ ਤਾਂ ਗੁਰੂ ਜੀ ਸੁਪਨੇ 'ਚ ਆਏ ਸੀ ਜੇ ਮੈਂ ਤੜਕਸਾਰ ਉੱਠ ਕੇ ਦੱਸਦੀ ਤਾਂ ਚੌਰਾ ਭੌਂਕਦਾ ਵੀ ਸਵੇਰੇ ਲਾਪੇ ਜੱਬਲੀਆਂ ਮਨ ਮੇਰੇ ਤਾਂ ਗੁਰੂ ਜੀ ਰਾਤ ਐ ਨੋਟ ਲੈ ਕੇ ਖੜੇ ਕਹਿੰਦੇ ਸਰਜੀਤ ਕੌਰੇ ਕਾਰ ਝੋਲੀ ਕਾਰ ਪੱਲਾ ਆਪਣੇ ਤਾਂ ਦਿਨ ਫਿਰਨ ਵਾਲੇ ਨੇ ਮੈਨੂੰ ਮੇਰੇ ਗੁਰੂ ਤੇ ਭਰੋਸਾ ਆ ਜਪਨਾਮ ਜਪਨਾਮ ਤੂੰ ਰਹਿਣ ਦੇ ਓਏ ਇਹਦਾ ਗੁਰੂ ਜੀ ਨਾਲ ਤਾਂ ਆਪਣੇ ਰੁਪਈਆਂ ਨੂੰ ਤੇਲ ਦਵਾ ਦੂਗਾ ਨਾਲੇ ਤੇਰੀ ਮਾਂ ਨੂੰ ਤੇਲ ਦੇਵੋਗਾ ਬਹੁਤਾ ਨਾ ਭੌਂਕੀ ਚੱਲ ਚੁੱਪ ਕਰ ਜੂ ਜੀ ਪਰ ਉਹਦੀ ਗੱਲ ਸੁਣ ਬੇ ਬੱਬੂ ਤੂੰ ਨਾ ਮੁੰਡੇ ਨੂੰ ਅੱਗੇ ਵਧਣ ਦੇ ਆ ਜਾਂਦਾ ਹੁਣ ਕੋਈ ਇਹਨਾਂ ਦੀ ਗੱਲ ਸੁਣ ਹਾਂਜੀ ਸਰ ਠੀਕ ਹੈ ਜੀ ਹਾਂ ਹੋ ਜੂ ਪੇਮੈਂਟ ਕੱਲ੍ਹ ਤੱਕ ਠੀਕ ਹੈ ਜੀ ਠੀਕ ਹੈ ਫੋਨ ਆ ਗਿਆ ਜੀ ਨਾ ਹਾਂ ਮੰਮੇ ਫੋਨ ਆ ਗਿਆ ਜੀ ਕੰਪਨੀ ਵਾਲਾ ਆ ਦੇਖੋ ਮੈਂ ਦੱਸ ਕਰਾ ਚੱਲ ਨਾ ਤੁਸੀਂ ਸਾਰੇ ਇਹਨਾਂ ਦੇ ਵੀ ਖਾਨੇ ਪਵੇ ਗੱਲ ਕਿਉਂਕਿ ਅਨਪੜ੍ਹ ਨੇ ਬਈ ਹੁਣ ਮੈਂ ਤਰੀਕੇ ਭਾਈ ਸਾਡੇ ਖਾਨੇ ਪਏ ਨਾ ਪਏ ਪੁੱਤ ਤੇਰੇ ਖਾਨੇ ਪੈ ਜਵੇ ਅਨਪੜ੍ਹ ਨੇ ਮੇਰਾ ਸਾਰੇ ਤੇਰੇ ਪੈਰ ਲਾ ਤੇ ਚੱਲ ਉਹਦਾ ਫਿਰ ਹੁਣ ਸੁਣ ਤਰੀਕੇ ਨਾਲ ਸਮਝਾਉਣਾ ਮਾਮੇ ਪੁੱਤ ਆ ਦੇਖੋ ਆਪਣੇ ਮਾਮੇ ਨੂੰ ਚੰਗੀ ਤਰ੍ਹਾਂ ਸਮਝਾ ਦੇ ਆ ਦੇਖ ਮਾਮੇ ਇਹ ਹੈ ਕਰਾਉਣ ਕੰਪਨੀ ਅੱਛਾ ਮੈਂ ਇਹ ਕੰਪਨੀ ਦੇ ਵਿੱਚ ਸ਼ੁਰੂ ਕਰਿਆ ਸੀਗਾ 10,000 ਰੁਪਈਏ ਨਾਲ ਓਕੇ 10,000 ਲਾਤਾ ਮੈਂ ਇਹ ਆ ਗਿਆ ਕੰਪਨੀ ਦੇ ਥੱਲੇ ਮੈਂ ਲੱਗਿਆ ਹੋਇਆ ਅੱਛਾ ਤੂੰ ਲੱਗ ਗਿਆ ਹਾਂ ਆ ਕੰਪਨੀ ਥੱਲੇ ਮੈਂ ਲੱਗਾ ਮੈਂ ਕੰਪਨੀ 'ਚ 10,000 ਲਾਤਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਜੋੜੇ ਸੀ ਆਪਦੇ ਨਾਲ ਦੋ ਬੰਦੇ ਓਕੇ ਆ ਜੋੜੇ ਇੱਕ ਬੰਦੇ ਆ ਗਿਆ ਇੱਕ ਆ ਗਿਆ ਦੋ ਬੰਦੇ ਜੋੜੇ ਸੀ ਮੈਂ ਠੀਕ ਹੈ ਜੀ ਹਾਂ ਇਹਨੇ ਵੀ ਲਾਇਆ ਸੀਗਾ 10,000 ਰੁਪਈਆ ਤੇ ਇਹਨੇ ਵੀ ਲਾਇਆ ਸੀਗਾ 10,000 ਰੁਪਈਆ ਦੋਵੇਂ ਬੰਦੇ ਨੇ 10-10 ਲੱਖ 20,000 ਦੇ ਤਾਂ ਮੈਨੂੰ ਇਹਦੇ 'ਚੋਂ ਮਿਲੂਗੀ ਪਰਸੈਂਟੇਜ ਮਤਲਬ 4% ਮਤਲਬ 4,000 ਰੁਪਇਆ ਮਿਲੂਗਾ ਮੈਨੂੰ ਜਦੋਂ ਇਹਨਾਂ ਦਾ ਟਾਈਮ ਪੂਰਾ ਹੋ ਗਿਆ ਇਹਨਾਂ ਦੇ ਪੈਸੇ ਦੁੱਗਣੇ ਹੋ ਗਏ ਤੇ ਫਿਰ ਅੱਗੇ ਇਹ ਬੰਦਿਆਂ ਨੇ ਦੋ ਹੋਰ ਜੋੜ ਲਏ ਇਹਨਾਂ ਨੇ ਇੱਥੇ ਲੜਨਾ ਆ ਇਕੱਲੇ ਨੇ ਦੋ ਜੋੜ ਲਏ ਉਦੋਂ ਬਾਅਦ ਆਹ ਇਕੱਲੇ ਨੇ ਵੀ ਦੋ ਹੋਰ ਜੋੜ ਚਾਰ ਹੋ ਗਏ ਚਾਰ ਬੰਦੇ ਹੋ ਗਏ ਤੇ ਫਿਰ ਉਦੋਂ ਬਾਅਦ ਅਸੀਂ ਇਹਨਾਂ ਨੇ ਦੋ ਹੋਰ ਜੋੜ ਲਏ ਐਂ ਕਰਕੇ ਮੇਰੀ ਟੀਮ ਬਣਦੀ ਜਾਊਗੀ ਇਹ ਅਸੀਂ ਵੱਧਦਾ ਜਾਊਗਾ ਜਿੰਨਾ ਮਰਜ਼ੀ ਵਧਾ ਲਓ ਇਹਨੂੰ ਕਿੰਨਾ ਮਰਜ਼ੀ ਚਾਹੀ ਜਾਵੇ ਐਂ ਟੀਮ ਬਣਦੀ ਜਾਊਗੀ ਜਿੰਨੇ ਵੱਧ ਤੋਂ ਵੱਧ ਬੰਦੇ ਜੋੜੂ ਮੈਂ ਮੈਨੂੰ ਪਰਸੈਂਟੇਜ ਆਇਆ ਕਰੂ ਉਹ 'ਚੋਂ ਜਿਵੇਂ ਲੜੀ ਬਣ ਗਈ ਹਾਂ ਮੈਨੂੰ ਪਰਸੈਂਟੇਜ ਆਇਆ ਕਰੂ ਉਹਦੇ 'ਚੋਂ ਹੁਣ ਜਿਵੇਂ ਇੱਧਰ ਮੈਂ ਦੋ ਜੋੜੇ ਦੀ ਐਂ ਜੁੜ ਜੁੜ ਕੇ ਐਂ ਜਦੋਂ ਮੇਰਾ 100 ਬੰਦਾ ਪੂਰਾ ਹੋ ਗਿਆ ਫਿਰ ਮੈਨੂੰ ਕੰਪਨੀ ਟ੍ਰਿਪ ਫ੍ਰੀ ਦੇਊਗੀ ਆਸਟ੍ਰੇਲੀਆ ਦੀ ਐਂ ਔਫਰਾਂ ਕਰਦੀ ਹੈ ਆਪਣੀ ਕੰਪਨੀ
ਸਮਝ ਗਿਆ ਮੈਂ ਇਹਨੂੰ ਆਇਆ ਹੈਗਾ ਮੇਰੇ ਪਾਪੇ ਦੇਖੀ ਜਰਾ ਆ ਦੇਖਾ ਆਹ ਬੰਦਾ ਇੱਥੋਂ ਆਹ ਆਇਆ ਇਹਨੇ ਆਏ ਜੁੜ ਤੇ ਨਹੀਂ ਆਏ ਜੋ ਇਹਦਾ ਭੈਣ ਦੇ ਕਿਹੜਾਵੇ ਜਿਹੜੇ ਅੰਗੂਰ ਜੇ ਛਾਪ ਲਏ ਇਹ ਤੇਲ ਦਊਗਾ ਤੈਨੂੰ ਹਰ ਜਾ ਰਹਿਣ ਦੇ ਤੁਹਾਨੂੰ ਦੇਊਗਾ ਰਿਸ਼ਤੇਦਾਰ ਆ ਨਾਨੇ ਸਮਝਦੇ ਨਹੀਂ ਤੁਸੀਂ ਤਾਂ ਉਹੀ ਆਪਣੇ ਪਿੰਡਾਂ 'ਚ ਹਵਾਵਾਂ ਫੈਲੀਆਂ ਪਈਆਂ ਨੇ ਕਿਉਂਕਿ ਦਿਖਾਉਣਾ ਤੂੰ ਕੰਪਨੀ ਕੰਪਨੀ ਦਾ ਫਰਕ ਹੁੰਦਾ ਕਰਨਾ ਗੱਲ ਹੈ ਹਰਮਨ ਦੇਖੂਦਾ ਰਿਸ਼ਤੇ ਦਾ ਪਰ ਯਾਰ ਸਾਡੇ ਪਿੰਡ 'ਚ ਬਣ ਗਈ ਸਾਨੂੰ ਯਕੀਨ ਜਾਂਦੇ ਬਣੀਆਂ ਨੇ ਬਹੁਤ ਬਣੀਆਂ ਨੇ ਮੈਨੂੰ ਵੀ ਪਤਾ ਮਾਮੇ ਉਹ ਛੋਟੀਆਂ ਕੰਪਨੀਆਂ ਨੇ ਤਾਂ ਕਰੋੜਾਂ ਰੁਪਈਆ 'ਚ ਬਿਜ਼ਨਸਮੈਨ ਨੇ ਵੱਡੇ ਵੱਡੇ ਗੱਲ ਸੁਣ ਸ਼ੇਰਾ ਆਪਣਾ ਹੈਗਾ ਰਿਸ਼ਤੇਦਾਰ ਦਾ ਮਾਮਲਾ ਹੈ ਮੈਂ ਤਾਂ ਭਾਈ ਮਸਾਂ ਦੁੱਧ ਪਾ ਪਾ ਕੇ ਹੈ ਰਾਤਾਂ ਕੱਟ ਕੱਟ ਕੇ ਤਾਂ ਘਰ ਚਲਾਇਆ ਉਹਦਾ ਮੇਰੇ ਕੋਲ ਤਾਂ ਭਾਈ ਸ਼ੇਰਾ ਪੈਸੇ ਹੈ ਨਹੀਂ ਹੈ ਲਾਉਣ ਨੂੰ ਕੰਪਨੀ 'ਚ ਇਹਦਾ ਦੇਖ ਮਾਮੇ ਜਿੰਨੇ ਜਿਵੇਂ ਜਿਵੇਂ ਤੂੰ ਬੰਦੇ ਜੋੜੀ ਜਾਏਗਾ ਤੇਰਾ ਕੰਮ ਅੱਗੇ ਅੱਗੇ ਵੱਧਦਾ ਜਾਊ ਤੁਹਾਨੂੰ ਕੰਪਨੀ ਕਾਰ ਵੀ ਗਿਫਟ ਕਰ ਸਕਦੀ ਹੈ ਸਕੀਮਾਂ ਹੁੰਦੀਆਂ ਨੇ ਓਏ ਰਹਿਣ ਦੇ ਭਾਈ ਕਾਰਾਂ ਨੂੰ ਟਰੈਟ ਲਿਆ ਸੀ ਪਿਛਲੇ ਸਾਲ ਤੁਹਾਨੂੰ ਪਤਾ ਹੀ ਹੈ ਟਰੈਟ ਲਿਆ ਸੀ ਨੇ ਉਹ ਅਸੀਂ ਕਿੱਥੋਂ ਲਿਆ ਕੰਪਨੀ 'ਚ ਲਿਆ ਸੀ ਕਿਸੇ ਨੂੰ ਦੱਸ ਉਹ ਭਾਈ ਤੇਰਾ ਬਾਪ ਤਾਂ ਮਾੜਾ ਜਿਹਾ 4 ਰੁਪਏ ਦੀ ਗਿੱਲ 'ਚ ਹੈ ਉਹਦਾ ਝੱਲ ਦੂ ਮਾੜਾ ਮੋਟਾ ਅਸੀਂ ਤਾਂ ਭਾਈ ਤੈਨੂੰ ਸਾਡਾ ਤਾਂ ਪਤਾ ਨਹੀਂ ਤਾਂ ਮਸਾਂ ਗੁਜ਼ਾਰਾ ਕਰਦੇ ਆ ਨਾਲੇ ਹੋਰ ਗੱਲ ਦਾ ਸੰਨੀ ਰੋਣਾ ਮੈਂ ਗੱਲ ਸੁਣ ਇੱਕ ਨਾਨੇ ਹੋਰ ਤਾਂ ਸੁਣ ਗੱਲ ਅਸੀਂ ਨਹੀਂ ਲਾਉਂਦੇ ਭਾਈ ਮਾਸੀ ਹੋਰਾਂ ਨੇ ਵੀ ਪੈਸੇ ਲਾਏ ਹੋਏ ਨੇ ਹੈ ਮਾਸੀ ਹੋਰਾਂ ਦਾ ਪੈਸਾ ਲਾਇਆ ਗਾਹਾਂ ਗੱਲ ਨਾ ਕਰੇ ਰਿਸ਼ਤੇਦਾਰੀ 'ਚ ਮੈਂ ਤਾਂ ਮਾਨ ਕਿੰਨੇ ਲਾਏ ਨੇ ਉਹਨਾਂ ਨੇ ਉਹਨਾਂ ਨੇ ਵੀ 60,000 ਰੁਪਇਆ ਲਾਇਆ ਹੋਇਆ ਕਰਵੇ ਅਸੀਂ ਲਾ ਦੇਣਾ ਮੈਂ ਤਾਂ ਤੁਹਾਨੂੰ ਤਾਂ ਦੱਸਦਾ ਮਾਨ ਨਾਲ ਨਾਲ ਦੇ ਹੋ ਜਾਂਦੇ ਬੱਬੂ ਹੋ ਜਾਣਾ ਸਭ ਕੁਝ ਮੈਂ ਕਰ ਦੇਣੇ ਪੈਸੇ ਆਪੇ ਤੇਰੇ ਲਈ ਕੱਚੇ ਨੇ ਵੀ ਬੀਬਾ ਸ਼ੂ ਚੱਕਰ ਜਿੰਨੇ ਮਰਜ਼ੀ ਲਾ ਸਕਦੇ ਘੱਟੋ ਘੱਟ 10,000 ਲਾ ਸਕਦੇ ਤੁਸੀਂ ਨਾ 10 ਨਹੀਂ ਅਸੀਂ ਦੋਨਾਂ ਦੇ ਨਾਂ ਤੇ ਲਾਵਾਂਗੇ ਮੇਰੀ ਬੋਹ ਦੇ ਨਾਂ ਤੇ ਵੀ ਮੇਰੀ ਬੋਹ ਬੱਬੂ ਦੇ ਨਾਂ ਅਸੀਂ 20 ਤੁਹਾਨੂੰ ਵੱਧ ਫੈਨੀਫਿਟ ਹੋ ਜੂਗਾ ਪੱਤ ਦੁੱਗਣੇ ਹੋ ਜਾਣ ਪੈਸੇ ਉਹ ਜ਼ਰੂਰ ਹੋਣਗੇ ਤੂੰ ਸਾਨੂੰ 12 ਦਿਨਾਂ ਚ ਕਹਿਣਾ ਮਾਮੇ ਗੱਲ ਸੁਣ ਹਾਸੀ ਦੀ ਗੱਲ ਤਾਂ ਹਾਸੀ ਦੇ ਯਾਰ ਗੱਲ ਸੁਣ ਮਾਮੇ ਜੇ ਮੰਨ ਲੱਗ 20 ਤੈ ਲਾਤਾ 20 ਮਾਮੀ ਦੇ ਨਾਂ ਤੇ ਲਵਾਤਾ 40,000 ਲੱਗ ਗਿਆ ਤੁਹਾਡਾ ਥੋੜਾ ਉਹ 80,000 ਹੋ ਕੇ ਉਹ ਜਿੰਨਾ ਤੁਸੀਂ ਵੱਧ ਬੰਦੇ ਜੋੜੋਗੇ ਤੁਹਾਡਾ ਸਕੋਰ ਵਧੂ ਆਦੇ ਜਿਵੇਂ ਤੇਰੀ ਮਾਮੀਆਂ ਮੈਂ ਆ ਐ ਦੋ ਦੋ ਬੰਦੇ ਇੱਧਰ ਲਾਦੇ ਸਾਡੇ ਤਾਂ 4 ਬੰਦੇ ਬਣ ਜਾਣਗੇ ਫਿਰ ਥੱਲੇ ਹਾਂ ਉਹਨਾਂ ਤੁਹਾਡਾ ਸਕੋਰ ਛੇਤੀ ਵਧੂ ਤੁਹਾਨੂੰ ਉਹਨਾਂ ਛੇਤੀ ਕੰਪਨੀ ਕੋਈ ਨਾ ਕੋਈ ਸਪਾਂਸਰ ਦੇਊ ਸਕੀਮਾਂ ਹੁੰਦੀਆਂ ਨੇ ਕੰਪਨੀ ਦੀਆਂ ਜਿਵੇਂ ਅਸੀਂ ਦੋਨਾਂ ਨੇ ਵਰਕ ਵਧਿਆ ਕੀਤਾ ਜਿਵੇਂ 100 ਤੇ ਕਹਿਣਾ ਤੂੰ ਬੰਦੇ ਦੇ ਬਾਹਰੇ ਹਾਂ ਮੈਂ 50 ਲਾ ਤੇ ਉਹਨੇ 50 ਸਾਡਾ ਤਾਂ ਫਿਰ ਛੇਤੀ ਬਣ ਜਾਊਗਾ ਸਟੂਡੀਓ ਬਹੁਤ ਛੇਤੀ ਬਣ ਜਾਊਗਾ ਤਾਂ ਅੱਡ ਅੱਡ ਸਕੀਮਾਂ ਹੁੰਦੀਆਂ ਨੇ ਮਾਮੇ ਇਹਦਾ ਕੰਮ ਚੱਲ ਪਵੇ ਆਹ ਤਾਂ ਨਹੀਂ ਕਿ ਛੇਤੀ ਕਰ ਨੂੰ ਇਹਦਾ ਕੰਮ ਚੱਲ ਪਵੇ ਨਾਲੇ ਤਾਂ ਬੁੜਾ ਇਹਨੂੰ ਗਾਲਾਂ ਦਿੰਦਾ ਨਾਲੇ ਦਿੰਦਾ ਮੈਨੂੰ ਇਹਨਾਂ ਨੂੰ ਪਤਾ ਨਹੀਂ ਮੈਂ ਪਤਾ ਕੀ ਗੱਲ ਆ ਮੇਰੀ ਵੀ ਸੋਚ ਵੱਡੀ ਹੋਈ ਮੈਂ ਵੱਡਾ ਕਰਾਂ ਮੇਰਾ ਪਾਪਾ ਤਾਂ ਉਹੀ ਗੋਹੇ 'ਚ ਪੈਰ ਮਾਰਨ ਨਾਲੇ ਨਾਲੇ ਤੁਸੀਂ ਮਾਮੀ ਨਾਨੀ ਮੇਰੇ ਨਾਲ ਕਿਤੇ ਤੁਸੀਂ ਕਲੇਸ਼ ਨਾ ਪਾ ਲਿਓ ਆਪਸ 'ਚ ਕਲੇਸ਼ ਨਹੀਂ ਪਾਉਣਾ ਹੁਣ ਪਾ ਲਿਓ ਬਦਸੀ ਨਾ ਬਾਈ ਬਣ ਕੇ ਆ ਮੈਂ ਇਸ ਲਈ ਰੱਖ ਰਹੀ ਨੇ ਆ ਜਿਹੜੇ ਫਿਰ ਦੂਜੇ ਨੇ ਡਾਈ ਵਾਲੇ ਰੱਖਦੇ ਮੈਂ ਕਹਿੰਦਾ ਮੈਂ ਜੀ ਵਾਲੇ ਚਲਾ ਦੇ ਇਹ ਆ 40,000 ਰੁਪਈਆ ਲੈ ਪੁੱਤ ਹੁਣ ਤੁਹਾਡੀ ਸਲਾਹ ਹੈ ਪੂਰੀ ਪਹਿਲਾਂ ਦੱਸੋ ਪਰ ਤੁਹਾਡੇ 12 ਦਿਨਾਂ ਨੂੰ ਪੈਸੇ ਜਿਹੜੇ ਤੂੰ ਕਹਿੰਦਾ ਦੁੱਗਣੇ 80,000 12 ਦਿਨ ਨੇ ਉਹ ਚਾਹੇ ਤੁਹਾਡੇ 2 ਦਿਨਾਂ ਚ ਹੋ ਜਾਣਾ ਤਾਂ ਤੁਹਾਡੇ ਤੇ ਕੰਮ ਬੰਦੇ ਦਾ ਤੁਹਾਡੀ ਕਿਸਮਤ ਹੈ ਮੈਂ ਤੂੰ ਪੈਸੇ ਫੜ ਨਾ ਯਾਰ ਇੱਕ ਕਾਲੇ ਨੂੰ ਬੱਬੂ ਦਾ ਕੰਮ ਤਾਂ ਚੱਲੇ ਮੈਂ ਕਾਲੇ ਨੂੰ ਲਾ ਦੂੰਗਾ ਇੱਕ ਮਾਂ ਉਹਨੂੰ ਲਾ ਦੂੰਗਾ ਜੱਗੀ ਨੂੰ ਲਾ ਦੂੰਗਾ ਦੋ ਤਾਂ ਮੇਰੇ ਬੰਦੇ ਪੱਕੇ ਆੜੀ ਨੇ ਇਹ ਮਤਲਬ ਫਿਰ ਤੁਹਾਡੇ 2 ਥਾਵਾਂ ਲਵਾਈਏ ਹਾਂ 2 ਥਾਵਾਂ ਲਵਾ ਮੇਰੀ ਬਹੂ ਲਵਾ ਦੂੰ ਮੇਰੀ ਸਾੜੀ ਨੂੰ ਲਵਾ ਦੂੰ ਇੱਕ ਮੇਰੇ ਸਾਲੇ ਨੂੰ ਉਹ ਤਾਂ ਤੁਸੀਂ ਜੇ ਮਰਜ਼ੀ ਕਰੀ ਚੱਲੇ ਬਾਅਦ ਦਾ ਦੱਸੀ ਚੱਲੇ ਮੈਂ ਬੜੀਆ ਪੜੇ ਲਿਖੇ ਨੋ ਬੀਕਾਮ ਕਰੀ ਹੋਈ ਉਹਨਾਂ ਦੀ ਉਹ ਤਾਂ ਜਦੋਂ ਮੈਂ ਬਾਗਾ ਬੋਲਟ ਲੈ ਕੇ ਉਹਨਾਂ ਨੂੰ ਤਾਂ ਉਹਦੀ ਲਾ ਦੂੰਗੀ ਚੱਲ ਇਹ ਤਾਂ ਮੈਂ ਫਾਰਮ ਕਿਵੇਂ ਭਰੇਗਾ ਤੂੰ ਹੁਣ ਇਹ ਦੱਸ ਉਹ ਤਾਂ ਮੈਂ ਆਪੇ ਕਰਾ ਦੂੰਗਾ ਉਹ ਤਾਂ ਦੀ ਟੈਨਸ਼ਨ ਮੰਮੇ ਤੂੰ ਲੈ ਨਾ ਤੈਨੂੰ ਇੱਕ ਮੈਸੇਜ ਆਊਗਾ ਤੇਰੇ ਨੰਬਰ ਤੇ ਹਾਂ ਜਦ ਉੱਥੇ ਤੇਰਾ ਮੈਂ ਭਰਾ ਦਾ ਸਾਰਾ ਕੁਛ ਤੈਨੂੰ ਮੈਸੇਜ ਆਊ ਉਹ ਮੈਨੂੰ ਨੰਬਰ ਦੱਸ ਰਹੀ 6 ਅੱਖਰਾਂ ਦਾ ਇੱਕ ਨੰਬਰ ਹੋਊਗਾ ਬਿਨਾਂ ਦੱਸੇ ਹਾਂ ਤੇ ਨੰਬਰ ਹੋਊਗਾ 6 ਅੱਖਰਾਂ ਦਾ ਉਹਦਾ ਠੀਕ ਹੈ ਠੀਕ ਆ ਠੀਕ ਹੈ ਆ ਕਾਪੀ ਪੈ ਗਈ ਆ ਜਾ ਇੱਧਰ ਪਿਆਰੀ ਦਾਣਾ ਦਾ ਹਾਂ ਅੰਦਰ ਹੀ ਪਿਆਗਾ ਕੋਈ ਨਾ ਚੱਲ ਅੰਦਰ ਨਾਲ ਲੈ ਚੱਲਦਾ ਮੈਂ ਇਹ ਗੱਲ ਸੁਣ ਪੁੱਤਾ ਰਿਸ਼ਤੇਦਾਰੀ ਦੇਖ ਸ਼ੇਰਾ ਵਰਤਣ ਦੀ ਹੁੰਦੀ ਹੈ ਹੈ ਜਦੋਂ ਰਿਸ਼ਤੇਦਾਰੀ 'ਚ ਪੈਸਾ ਆ ਗਿਆ ਉਹਦੀ ਫਿੱਕ ਪੈ ਗਈ ਸਾਡੇ ਕੋਲ ਸ਼ੇਰਾ ਪੈਸੇ ਹੈ ਨੀ ਤੈਨੂੰ ਨੀ ਪਤਾ ਪੁੱਤ ਮੈਂ ਕਿਵੇਂ ਟਾਈਮ ਪਾਸ ਕਰਦਾ ਮੈਂ ਕਿਹੜਾ ਨਾਨੇ ਦੇ ਸਿੱਕਾ ਕਰਦਾ ਮੈਂ ਤਾਂ ਗੱਲ ਕਰੀ ਅੱਲ ਦੀ ਲਾਦ ਨੇ ਪੁੰਜੇ ਲਾਤਾ ਮੈਂ ਮੈਂ ਤਾਂ ਨਾਨੇ ਉਹ ਗੱਲ ਕਰੀ ਸੀ ਤੇ ਕਹਿੰਦੇ ਵੀ ਹੁਣ ਵੀ ਪਾਪਾ ਮੰਨਦਾ ਤਾਂ ਹੈ ਨਹੀਂ ਕਹਿੰਦੇ ਫਿਰ ਆਪਾਂ ਕਿਉਂ ਉੱਪਰ ਨਹੀਂ ਮੇਰੇ ਕੋਲ ਪੈਸੇ ਕਿੱਥੋਂ ਲਾਉਂਗਾ ਮੈਂ ਤਾਂ ਤੈਨੂੰ ਪਤਾ ਮਸਾਂ ਟਾਈਮ ਟਪਾਈ ਕਰਦਾ
मोबाइल चलता रखा कर ठीक है चल ठीक है मामे मामी दाना गुरु जी सानू रख चरना दे कोल साडा मन कदे भी डोले ना ले बब्बू ऐ करो सन्नी जी कर दे इन्ने मैं सुन नभावा मेरा पुत नहीं सन्नी करदा क्यों तेरा पुत की डीसी लग गया साडे गुरु ने साडी बां फाड़ ली आवांगे दरबारे तेरे शाम शाम करे दे आवांगे लंगड़ा मैं तेरे चक्का फड़ा फिर मैं चोरा चुप आ जा लंगड़ा रे साड़कने दी जसविंदर बलाड़ बड़ी फिरदी है मारा मोटा ला प्यार नाल के देखो हो कर लिया करो फिर की होगा जे तेरी भैण दी ते चल दानी किसे नु जवाक दे मगर ना लग के पैसे ला दे गड्ढे टइए कर दू